ਬਾਬਾ ਬਗਾਲਾ ਦੇ ਵਿੱਚ ਸਠਿਆਲਾ ਪਿੰਡ ਹੈ ਜਿੱਥੇ ਬੀਤੇ ਦਿਨੀ ਕਤਲ ਹੁੰਦਾ ਹੈ। ਗੈਂਗਸਟਰ ਦਾ ਕਤਲ ਕੀਤਾ ਜਾਂਦਾ ਹੈ ਤੇ ਹੁਣ ਜ਼ਿੰਮੇਵਾਰੀ ਚੱਕ ਲਈ ਗਈ ਹੈ ਦਵਿੰਦਰ ਬੰਬੀਹਾ ਗੈਂਗ ਵੱਲੋਂ। ਔਰ ਫੇਸਬੁੱਕ ਪੋਸਟ ਸਾਂਝੀ ਕੀਤੀ ਹੈ ਜਿਸ ਪੋਸਟ ਦੇ ਵਿੱਚ ਆਹ ਲਿਖ ਦਿੱਤਾ ਗਿਆ ਹੈ ਕਿ ਦਵਿੰਦਰ ਬੰਬੀਹਾ ਗੈਂਗ ਦੇ ਗੁਰਗਿਆਂ ਵੱਲੋਂ ਕਤਲ ਕੀਤਾ ਗਿਆ। ਬੀਤੇ ਦਿਨੀ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ। 25 ਤੋਂ 30 ਦੇ ਕਰੀਬ ਰਾਊਂਡਸ ਫਾਇਰ ਹੁੰਦੇ ਨੇ ਦੱਸਿਆ ਜਾਂਦਾ ਹੈ। ਔਰ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਜਾਂਦਾ, ਉਹ ਆਪ ਇੱਕ ਗੈਂਗਸਟਰ ਰਹਿ ਚੁੱਕਿਆ ਔਰ ਇੱਕ ਕਾਲਜ ਦਾ ਪ੍ਰਧਾਨ ਵੀ ਦੱਸਿਆ ਜਾਂਦਾ ਹੈ, ਅਤੇ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ। ਹੁਣ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਇਸ ਮਾਮਲੇ ਦੀ ਜ਼ਿੰਮੇਵਾਰੀ ਚੱਕੀ ਗਈ ਹੈ। ਜ਼ਿੰਮੇਵਾਰੀ ਚੱਕਦੇ ਹੋਏ ਲਿਖਿਆ ਗਿਆ ਹੈ ਕਿ ਉਸਦੇ ਆਪਣੇ ਦਵਿੰਦਰ ਬੰਬੀਹਾ ਗੈਂਗ ਦੇ ਆਪਣੇ ਗੁਰਗਿਆਂ ਵੱਲੋਂ ਜਿਹੜੇ ਸਠਿਆਲੇ ਦੇ ਨਾਲ ਤਲੁੱਕ ਰੱਖਦੇ ਨੇ ਉਹਨਾਂ ਨੇ ਕਤਲ ਕੀਤਾ, ਯਾਨੀ ਕਿ ਉਹਨਾਂ ਨੇ ਗੋਲੀਆਂ ਮਾਰੀਆਂ ਨੇ। ਜੇ CCTV ਦੀ ਗੱਲ ਕਰੀਏ, CCTV ਬੀਤੇ ਦਿਨੀ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਕੁਝ 3 ਤੋਂ 4 ਲੋਕ ਆਉਂਦੇ ਨੇ, ਮੂੰਹ ਬੰਨੇ ਹੋਏ ਹੁੰਦੇ ਨੇ, ਹੱਥਾਂ ਦੇ ਵਿੱਚ ਪਿਸਟਲਸ ਅਤੇ ਰਿਵੋਲਵਰਸ ਹੁੰਦੀਆਂ ਨੇ ਔਰ ਸ਼ਰੇਆਮ ਗੋਲੀਆਂ ਚਲਾਉਂਦੇ ਨੇ, ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਜਾਂਦਾ। ਖੈਰ, ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਸਾਫ਼ ਤੌਰ ਦੇ ਉੱਤੇ ਇੱਕ ਜ਼ਿੰਮੇਵਾਰੀ ਚੱਕ ਲਈ ਗਈ ਹੈ, ਉਸੇ ਤਰ੍ਹਾਂ ਜ਼ਿੰਮੇਵਾਰੀ ਜਿਵੇਂ ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਲਾਰੈਂਸ ਗੈਂਗ ਵੱਲੋਂ ਚੱਕੀ ਗਈ ਸੀ, ਗੋਲਡੀ ਬਰਾੜ ਵੱਲੋਂ ਪੋਸਟਾਂ ਪਾਈਆਂ ਗਈਆਂ ਸਨ, ਉਸੇ ਤਰ੍ਹਾਂ ਹੁਣ ਇਸ ਮਾਮਲੇ ਦੇ ਵਿੱਚ ਵੀ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਜ਼ਿੰਮੇਵਾਰੀ ਚੱਕਦੇ ਹੋਏ ਕਹਿ ਦਿੱਤਾ ਗਿਆ ਕਿ ਇਹ ਕਤਲ ਉਹਨਾਂ ਦੇ ਗੈਂਗ ਵੱਲੋਂ ਕਰਵਾਇਆ ਗਿਆ, ਯਾਨੀ ਕਿ ਉਹਨਾਂ ਦੇ ਗੈਂਗ ਦੇ ਗੁਰਗਿਆਂ ਨੇ ਇਹ ਕਤਲ ਕੀਤਾ। ਜੇ ਉਹ ਪਾਈ ਹੋਈ ਫੇਸਬੁੱਕ ਪੋਸਟ ਦਾ ਰੁੱਖ ਕਰੀਏ ਤਾਂ ਉਹ ਪੋਸਟ ਕੁਝ ਇਸ ਤਰ੍ਹਾਂ ਕਹਿੰਦੀ ਹੈ ਕਿ ਦਵਿੰਦਰ ਬੰਬੀਹਾ ਗੈਂਗ ਨੇ ਇਸ ਤਰ੍ਹਾਂ ਕਤਲ ਕੀਤਾ ਹੈ ਕਿ ਸਭ ਤੋਂ ਪਹਿਲਾਂ ਲਿਖਦੇ ਹੈ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੀਰਾਂ ਨੂੰ, ਆ ਜੋ ਕੱਲ੍ਹ ਸਠਿਆਲਾ ਪਿੰਡ ਦੇ ਵਿੱਚ ਕਤਲ ਹੋਇਆ। ਇਹ ਕਤਲ ਸਾਡੇ ਭਰਾ ਦੋਨੀ ਬਲ ਸਠਿਆਲਾ ਅਤੇ ਗੋਪੀ ਮਾਹਲ ਨੇ ਕੀਤਾ, ਜੋ ਕਿ ਨਿਊਜ਼ ਚੈਨਲ ਗਲਤ ਨਿਊਜ਼ ਚਲਾ ਰਹੇ ਨੇ ਕਿ ਜਰਨੈਲ ਸਿੰਘ ਸਾਡੇ ਭਰਾ ਗੋਪੀ ਘਣਸ਼ਾਮਪੁਰੀਆ ਗਰੁੱਪ ਦਾ ਮੈਂਬਰ ਸੀ। ਇਸ ਬੰਦੇ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਸੀ, ਇਹ ਬੰਦਾ ਸਾਡੀ ਐਂਟੀ ਗਰੁੱਪ ਦਾ ਮੈਂਬਰ ਹੈ। ਜੱਗੂ ਖੋਟੀ ਅਤੇ ਹੈਰੀ ਚੱਠਾ ਇਹ ਦੋ ਮੈਂਬਰ ਨੇ ਅਤੇ ਇਹਨਾਂ ਦੇ ਨਾਲ ਸਾਡੇ ਗਰੁੱਪ ਦਾ ਕੋਈ ਲਿੰਕ ਨਹੀਂ ਹੈ, ਇਹ ਦਵਿੰਦਰ ਬੰਬੀਹਾ ਗੈਂਗ ਵੱਲੋਂ ਪਾਈ ਹੋਈ ਪੋਸਟ ਦੇ ਵਿੱਚ ਲਿਖਿਆ ਗਿਆ। ਜਰਨੈਲ ਸਿੰਘ ਦਾ ਕਤਲ ਹੁੰਦਾ ਹੈ ਅਤੇ ਘਣਸ਼ਾਮਪੁਰੀਆ ਗੋਪੀ ਘਣਸ਼ਾਮਪੁਰੀਆ ਗੈਂਗ ਦਾ ਜਿਹੜਾ ਨਾਮ ਸਾਹਮਣੇ ਆਉਂਦਾ ਹੈ, ਪਰ ਹੁਣ ਇਹ ਸਿੱਧਾ ਕਰ ਦਿੱਤਾ ਗਿਆ ਕਿ ਇਸ ਗੈਂਗ ਦੇ ਨਾਲ ਕੋਈ ਰੈਲੇਵੈਂਸ ਨਹੀਂ ਹੈਗਾ ਸ਼ੂਟਰਾਂ ਦਾ। ਹਾਲਾਂਕਿ ਸ਼ੂਟਰ ਜਿਹੜੇ ਸੀ ਇਹ ਦਵਿੰਦਰ ਬੰਬੀਹਾ ਗਰੁੱਪ ਦੇ ਨੇ ਅਤੇ ਐਂਟੀ ਗੈਂਗ ਨਾਲ ਤਾਲੁਕ ਰੱਖਦੇ ਨੇ। ਜਿਹੜੇ ਮੀਡੀਆ ਚੈਨਲਸ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਬਰ ਨਸ਼ਰ ਹੋਏਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਖਬਰ ਨਸ਼ਰ ਹੋਣੀ ਹੈ ਉਸ ਦੇ ਮੁਤਲਕ ਸਿੱਧੀ ਚੇਤਾਵਨੀ ਵੀ ਦੇ ਦਿੱਤੀ ਗਈ ਹੈ। ਬੀਤੇ ਦਿਨੀ ਖਬਰ ਨਸ਼ਰ ਹੁੰਦੀ ਹੈ ਕਿ ਇੱਕ ਵੱਖਰੇ ਗੈਂਗ ਵੱਲੋਂ ਇਹ ਸ਼ੂਟਿੰਗ ਕੀਤੀ ਗਈ ਹੈ, ਹਮਲਾ ਕਰਵਾਇਆ ਗਿਆ, ਕਤਲ ਕਰਵਾਇਆ ਗਿਆ, ਪਰ ਦਵਿੰਦਰ ਬੰਬੀਹਾ ਗੈਂਗ ਨੇ ਸਾਫ਼ ਕਹਿ ਦਿੱਤਾ ਹੈ ਕਿ ਜਿਹੜਾ ਘਣਸ਼ਾਮਪੁਰੀਆ ਗੈਂਗ ਹੈਗਾ ਇਹ ਉਹਨਾਂ ਦਾ ਐਂਟੀ ਗੈਂਗ ਹੈ ਅਤੇ ਦਵਿੰਦਰ ਬੰਬੀਹਾ ਗੈਂਗ ਇਸ ਗੱਲ ਦਾ ਵਿਰੋਧ ਵੀ ਕਰਦਾ ਹੈ ਕਿ ਝੂਠਾ ਨਾਮ ਲਾ ਕੇ ਐਂਟੀ ਗੈਂਗ ਦਾ ਨਾਮ ਲਾ ਕੇ ਸਾਹਮਣੇ ਲਿਆਂਦਾ ਗਿਆ। ਖੈਰ, ਇਸ ਪੂਰੇ ਮਾਮਲੇ ਨੂੰ ਲੈ ਕੇ ਜਰਨੈਲ ਸਿੰਘ ਦਾ ਕਤਲ ਬੀਤੇ ਦਿਨੀ ਹੁੰਦਾ ਹੈ ਅਤੇ ਕਤਲ ਦੀ ਜ਼ਿੰਮੇਵਾਰੀ ਹੁਣ ਦਵਿੰਦਰ ਬੰਬੀਹਾ ਗੈਂਗ ਵੱਲੋਂ ਚੱਕ ਲਈ ਗਈ ਹੈ। ਸ਼ੂਟਰਾਂ ਵੱਲੋਂ 25 ਤੋਂ 30 ਰਾਊਂਡ ਫਾਇਰ ਕੀਤੇ ਜਾਂਦੇ ਨੇ ਅਤੇ ਇਹਨਾਂ ਦੇ ਚੱਲਦੇ ਗੋਲੀਆਂ ਲੱਗਣ ਦੇ ਨਾਲ ਮੌਕੇ 'ਤੇ ਹੀ ਜਰਨੈਲ ਸਿੰਘ ਦੀ ਮੌਤ ਹੋ ਜਾਂਦੀ ਹੈ। ਜਰਨੈਲ ਸਿੰਘ ਆਪ ਵੀ ਗੈਂਗਸਟਰ ਰਹਿ ਚੁੱਕਿਆ ਹੈ ਅਤੇ ਨਾਲ ਦੀ ਨਾਲ ਕਾਲਜ ਦਾ ਪ੍ਰਧਾਨ ਵੀ ਕਿਹਾ ਜਾਂਦਾ ਸੀ। ਬਾਬਾ ਬਕਾਲਾ ਦੇ ਸਠਿਆਲਾ ਪਿੰਡ ਦੇ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਹੁਣ ਉਸ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗੈਂਗ ਨੇ ਚੱਕੀ ਹੈ। ਜੋ ਕੁਛ ਜਾਣਕਾਰੀ ਇਸ ਦੇ ਮੁਤਲਕ ਆਉਂਦੀ ਰਹੇਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।